ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਜਗਤਾਰਤ ਸਿੰਘ ਮਸ਼ੀਨਿਸ ਇੰਸਟ੍ਰਕਟਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਆਪ ਸਭ ਦਾ ਵਰਚੂਅਲ ਪ੍ਰੈਕਟੀਕਲ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਹਾਂ ਤੁਸੀਂ ਪਹਿਲਾਂ ਗ੍ਰਾਈਂਡਿੰਗ ਮਸ਼ੀਨ ਬਾਰੇ ਪੜ੍ਹ ਹੀ ਚੁੱਕੇ ਹੋ ਅਤੇ ਮੈਂ ਤੁਹਾਨੂੰ ਅੱਜ ਗ੍ਰਾਈਂਡਿੰਗ ਮਸ਼ੀਨ ਤੇ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਗ੍ਰਾਈਂਡਿੰਗ ਮਸ਼ੀਨ ਦੇ ਤੁਹਾਨੂੰ ਮੇਨ ਪਾਰਟਸ ਬਾਰੇ ਦੱਸ ਦਵਾਂ ਗ੍ਰਾਈਂਡਿੰਗ ਮਸ਼ੀਨ ਦੇ ਵਰਟੀਕਲ ਫੀਲਡ ਦਾ Z ਐਕਸਿਸ ਐਕਸਿਸ ਨੂੰ ਦਿੰਨੇ ਆਪਾਂ ਤੇ ਬੀਲ ਕ੍ਰਾਸ ਫੀਡ ਜਿਹੜੀ ਆ ਉਹ Y ਐਕਸਿਸ ਹੁੰਦੀ ਆ ਤੇ ਲੰਗਿਚਿਊਡਿਨਲ ਫੀਡ X ਐਕਸਿਸ ਤੋਂ ਹੁੰਦੀ ਆ ਮੇਲ ਅਤੇ ਫੀਮੇਲ ਪਾਰਟਸ ਦੀ ਮਸ਼ੀਨਿੰਗ ਆਲਰੇਡੀ ਪਹਿਲਾਂ ਅਸੀਂ ਮਿਲਿੰਗ ਮਸ਼ੀਨ ਤੇ ਕਰਵਾ ਚੁੱਕੇ ਹਾਂ ਹੁਣ ਸਰਫੇਸ ਗ੍ਰਾਈਂਡਿੰਗ ਮਸ਼ੀਨ ਦੇ ਉੱਪਰ ਇਹਨਾਂ ਦੀ ਗ੍ਰਾਈਂਡਿੰਗ ਕਰਨੀ ਹੈ ਸਰਫੇਸ ਗ੍ਰਾਈਂਡਿੰਗ ਮਸ਼ੀਨ ਨੂੰ ਚਲਾਉਣ ਤੋਂ ਪਹਿਲਾਂ ਉਸ ਦੇ ਸਾਰੇ ਕੰਟਰੋਲਾਂ ਦਾ ਪੂਰੀ ਤਰ੍ਹਾਂ ਗਿਆਨ ਹੋਣਾ ਚਾਹੀਦਾ ਹੈ ਸਰਫੇਸ ਗ੍ਰਾਈਂਡਿੰਗ ਮਸ਼ੀਨ ਤੇ ਬੀਲ ਨੂੰ ਚੰਗੇ ਤਰ੍ਹਾਂ ਡ੍ਰੈਸਿੰਗ ਕਰ ਲਓ ਤਾਂ ਜੋ ਜੋਬ ਦੇ ਕਟਾਈ ਵਧੀਆ ਹੋ ਸਕੇ ਅਤੇ ਜੋਬ ਦੀ ਫਿਨਿਸ਼ਿੰਗ ਵਧੀਆ ਆਵੇ ਦਿੱਤੀ ਹੋਈ ਡਰਾਇੰਗ ਮੁਤਾਬਕ ਮੇਲ ਪਾਰਟਸ ਨੂੰ ਗ੍ਰਾਈਂਡਿੰਗ ਮਸ਼ੀਨ ਦੇ ਟੇਬਲ ਉੱਪਰ ਮੈਗਨੇਟਿਕ ਬੇਸ ਉੱਪਰ ਕਲੈਂਪ ਕਰਾਂਗੇ ਤੇ ਯਕੀਨੀ ਬਣਾਵਾਂਗੇ ਕਿ ਸਾਡਾ ਪੀਸ ਚੰਗੀ ਤਰ੍ਹਾਂ ਕਲੈਂਪ ਹੋ ਚੁੱਕਾ ਹੈ ਕਿ ਨਹੀਂ ਹੁਣ ਅਸੀਂ ਮਸ਼ੀਨ ਨੂੰ ਚਲਾਵਾਂਗੇ ਵਰਟੀਕਲ ਸਪਿੰਡਲ ਫੀਡ 휠 ਦੁਆਰਾ ਅਸੀਂ ਜੋਬ ਦੇ ਕੋਲ ਗ੍ਰਾਈਂਡਿੰਗ 휠 ਨੂੰ ਲੈ ਕੇ ਆਵਾਂਗੇ ਅਤੇ ਹਲਕਾ ਜਿਹਾ ਟੱਚ ਕਰਾਵਾਂਗੇ ਅਤੇ ਲੌਂਗੇਟਿਊਡਿਨਲ ਫੀਡ ਦੇਵਾਂਗੇ ਅਤੇ ਹੌਲੀ-ਹੌਲੀ ਕ੍ਰੋਸ ਫੀਡ ਦੇਵਾਂਗੇ ਇਹ ਪ੍ਰਕਿਰਿਆ ਤਦ ਤੱਕ ਅਸੀਂ ਦੁਹਰਾਉਂਦੇ ਰਾਵਾਂਗੇ ਜਦ ਤੱਕ ਸਾਡੀ ਮੇਲ ਪਾਰਟਸ ਦੀ ਗ੍ਰਾਈਂਡਿੰਗ ਦੀ ਪ੍ਰਕਿਰਿਆ ਮੁਕੰਮਲ ਨਹੀਂ ਹੋ ਜਾਂਦੀ ਇਨ ਗ੍ਰਾਈਂਡਿੰਗ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਤੋਂ ਬਾਅਦ ਮਸ਼ੀਨ ਨੂੰ ਅਸੀਂ ਬੰਦ ਕਰਾਂਗੇ ਗ੍ਰਾਈਂਡਿੰਗ ਬੇਲ ਰੋਕਣ ਤੱਕ ਉਡੀਕਰਾਂਗੇ ਕਿਉਂਕਿ ਜੇ ਗ੍ਰਾਈਂਡਿੰਗ ਬਿਲ ਚੱਲਦੇ ਸਮੇਂ ਹੀ ਜੌਬ ਨੂੰ ਖੋਲਣ ਦੀ ਕੋਸ਼ਿਸ਼ ਕਰਾਂਗੇ ਤਾਂ ਕੋਈ ਹਾਦਸਾ ਵਾਪਰ ਸਕਦਾ ਹੈ ਕਹਿਣ ਦਾ ਭਾਪ ਹੱਥ ਜਾਂ ਉਂਗਲ ਕੱਟ ਸਕਦੀ ਹੈ ਸੋ ਬਿਲ ਰੁਕਣ ਤੋਂ ਬਾਅਦ ਹੀ ਜੌਬ ਨੂੰ ਟੇਬਲ ਤੋਂ ਦੀ ਮੈਗਨੇਟ ਕਰਕੇ ਖੋਲੋ ਇਸੇ ਤਰ੍ਹਾਂ ਅਸੀਂ ਮਸ਼ੀਨ ਦੇ ਟੇਬਲ ਉੱਪਰ ਫੀਮੇਲ ਪਾਰਟਸ ਨੂੰ ਮੈਗਨੇਟ ਉੱਪਰ ਕਲੈਂਪ ਕਰਾਂਗੇ ਅਤੇ ਮਸ਼ੀਨ ਨੂੰ ਚਲਾਵਾਂਗੇ ਵਰਟੀਕਲ ਸਪਿੰਡਲ ਫੀਡ ਬੀਲ ਦੁਆਰਾ ਅਸੀਂ ਜੋਬ ਦੇ ਕੋਲ ਗਰਾਇੰਡਿੰਗ ਵੀ ਲੈ ਕੇ ਜਾਵਾਂਗੇ ਅਤੇ ਹਲਕਾ ਜਿਹਾ ਟੱਚ ਕਰਾਵਾਂਗੇ ਅਤੇ ਲੌਂਗੀਟਿਊਡਨਲ ਫੀਡ ਦੇਵਾਂਗੇ ਅਤੇ ਹੌਲੀ-ਹੌਲੀ ਕ੍ਰਾਸ ਫੀਡ ਦੇਵਾਂਗੇ ਇਹ ਪ੍ਰਕਿਰਿਆ ਤਦ ਤੱਕ ਆਪਾਂ ਦੁਹਰਾਉਂਦੇ ਰਹਿਾਂਗੇ ਜਦ ਤੱਕ ਸਾਡੀ ਗਰਾਇੰਡਿੰਗ ਦੀ ਪ੍ਰਕਿਰਿਆ ਮੁਕੰਮਲ ਨਹੀਂ ਹੋ ਜਾਂਦੀ ਤੇ ਫੀਮੇਲ ਪਾਰਟਸ ਆਪਣੇ ਮੇਲ ਪਾਰਟ ਵਿੱਚ ਪ੍ਰੋਪਰ ਫਿਟਿੰਗ ਨਹੀਂ ਆ ਜਾਂਦੀ ਅੱਜ ਆਪਾਂ ਮੇਲ ਅਤੇ ਫੀਮੇਲ ਦੋਨੋਂ ਪਾਰਟਸ ਦੀ ਸਰਫਿਸ ਗ੍ਰਾਈਂਡਿੰਗ ਕਰ ਲਈ ਹੈ ਸੋ ਇਸ ਤਰ੍ਹਾਂ ਅਸੀਂ ਸਲਾਈਡ ਫਿਟਿੰਗ ਦੀ ਜੌਬ ਨੂੰ ਕੰਪਲੀਟ ਕੀਤਾ ਅਗਰ ਕੋਈ ਇਸ ਆਪਰੇਸ਼ਨ ਕਰਦੇ ਸਮੇਂ ਕੋਈ ਕਮੀ ਪੇਛੇ ਰਹਿ ਗਈ ਹੋਵੇ ਤਾਂ ਉਸ ਨੂੰ ਅੱਗੇ ਤੋਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ